ਸੱਚਾ ਗਾ ਦੋਸਤੋ ਮੈਂ ਤੁਹਾਡਾ ਆਪਣਾ ਜਸਜੀ ਜਸਰਾਜ ਕਈ ਲੋਕਾਂ ਨੇ ਕਿਹਾ ਕਿ ਜਸਜੀ ਜਸਰਾਜ 8 ਮਹੀਨੇ ਤੋਂ ਕੈਨੇਡਾ ਬੈਠਾ ਮਾਈ ਜੀ ਕਿਉਂ ਨਾ ਬੈਠਾ ਮੇਰੀ ਵਾਈਫ ਜਿਹਨੂੰ ਮੈਂ ਪਾਰਟੀ ਤੋਂ ਪਹਿਲਾਂ ਵਿਆਹਿਆ ਗਿਆ ਸੀ ਉਸ ਵਾਈਫ ਪਰਤੇ ਵੀ ਮੇਰੇ ਕੋਈ ਫਰਜ਼ ਨਹੀਂ ਤੇ 1 ਸਤੰਬਰ 2015 ਨੂੰ ਇਸ ਨੰਨੀ ਜਰੂਨ ਨੇ ਮੇਰੇ ਘਰ ਜਨਮ ਲਿਆਇਆ ਕੀ ਆਪਣੀ ਵਾਈਫ ਦੇ ਕੋਲ ਪ੍ਰੈਗਨਨਸੀ ਦੇ ਉਹਨਾਂ ਮੈਂ ਕਹਿੰਦਾ ਵਿੱਚ ਸਭ ਤੋਂ ਮਹੱਤਵਪੂਰਨ ਦਿਨਾਂ ਦੇ ਵਿੱਚ ਆਪਣੀ ਵਾਈਫ ਦੇ ਕੋਲ 3 ਮਹੀਨੇ ਪਹਿਲਾਂ ਆ ਜਾਣਾ ਗੁਨਾਹ ਆ ਜਾਂ ਉਸ ਤੋਂ ਬਾਅਦ ਆਪਣੇ ਬੱਚੇ ਕੋਲ ਰਹਿਣਾ ਉਹਦੀ ਪਰਵਰਿਸ਼ ਦੇ ਵਿੱਚ ਆਪਣੀ ਵਾਈਫ ਦਾ ਹੱਥ ਬਟਾਉਣਾ ਕਿ ਇਹ ਗੁਨਾਹ ਆ ਸਾਰੀ ਦੁਨੀਆ ਨੂੰ ਦੱਸਿਆ ਮੈਂ ਮੇਰੀ ਫੇਸਬੁੱਕ ਤੋਂ ਸ਼ਾਇਦ ਲੱਖਾਂ ਹੀ ਲੋਕਾਂ ਨੂੰ ਪਤਾ ਲੱਗਿਆ ਪਰ ਕਈ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਲੱਗਿਆ ਕਿ ਜਸਜੀਤ ਸਿੰਘ ਕੈਨੇਡਾ ਕਿਉਂ ਹੈ ਇਸ ਬੱਚੀ ਲਈ ਤੇ ਆਪਣੀ ਵਾਈਫ ਲਈ ਜਿਹੜੇ ਮੇਰੇ ਫਰਜ਼ ਨੇ ਉਹ ਉਨਾ ਹੀ ਇੰਪੋਰਟੈਂਟ ਨੇ ਜਿੰਨੇ ਮੇਰੀ ਪਾਰਟੀ ਲਈ ਨੇ ਮੈਂ ਨਾ ਉਹਨਾਂ ਫਰਜ਼ਾਂ ਤੋਂ ਕਦੀ ਪਿੱਛੇ ਭੱਜਾਂ ਤੇ ਨਾ ਇਹਨਾਂ ਫਰਜ਼ਾਂ ਤੋਂ ਕਦੀ ਪਿੱਛੇ ਭੱਜਾਂਗਾ ਵੀ ਹੈਵ ਟੂ ਬੈਲੈਂਸ ਆਲ ਫਰੀਜ਼ਸ ਆਫ ਲਾਈਫ ਸੋ ਆਮ ਟ੍ਰਾਈਂਗ ਮਾਈ ਲੈਵਲ ਬੈਸਟ ਜਿੰਨਾ ਕੋ ਹੋ ਸਕਦਾ ਕਰ ਸਕਾਂ ਤਾਂ ਕਿ ਜੇ ਉੱਥੇ ਜਾਵਾਂ ਤਾਂ ਉੱਥੇ ਕੋਈ ਕੁਤਾਹੀ ਨਾ ਰਹੇ ਤੇ ਜੇ ਇੱਥੇ ਹੋਵਾਂ ਤਾਂ ਪਰਵਰਿਸ਼ ਦੇ ਵਿੱਚ ਇਹਨਾਂ ਦੀ ਵੀ ਕੋਈ ਕੁਤਾਹੀ ਨਾ ਰਹੇ ਬਿਕਾਜ਼ ਆਮ ਅਨਸਰਬਲ ਟੂ ਬੋਥ ਜੇ ਕੋਈ ਸਾਡਾ ਸਪੋਜ਼ ਕਰੋ ਕੋਈ ਵੀ ਸੱਜਣ ਮਿੱਤਰ ਗੱਡੀ ਚਲਾ ਰਿਹਾ ਤੇ ਉਸ ਗੱਡੀ ਦੇ ਪਿੱਛੇ ਮੈਂ ਮੇਰਾ ਪਰਿਵਾਰ ਬੈਠੇ ਆਂ ਜੇ ਉਹ ਬਾਈਚਾਂਸ ਗੱਡੀ ਬਾਰ-ਬਾਰ ਤੇਜ਼ ਚਲਾਵੇ ਜਾਂ ਕੋਈ ਬਾਰ-ਬਾਰ ਉਹੀ ਖਤਾ ਕਰੇ ਜਿਹਦੇ ਲਈ ਉਹਨੂੰ ਮਨਾ ਕੀਤਾ ਗਿਆ ਹੋਵੇ ਤਾਂ ਆਬਵੀਅਸਲੀ ਮੈਂ ਉਹਨੂੰ ਇੱਕ ਜਾਂ ਦੋ ਵਾਰ ਪਿਆਰ ਨਾਲ ਸਮਝਾਉਂਗਾ ਤੀਜੀ ਵਾਰੀ ਸ਼ੈ ਡਾਂਟ ਕੇ ਸਮਝਾਉਂਗਾ ਕਿ ਭਾਈ ਨਹੀਂ ਮੇਰਾ ਪਰਿਵਾਰ ਕੀਮਤੀ ਹੈ ਤੋ ਇਦਾਂ ਗੱਡੀ ਨਹੀਂ ਚਲਾ ਸਕਦਾ ਉਵੇਂ ਹੀ ਕੋਈ ਵੀ ਪੋਲੀਟੀਕਲ ਪਾਰਟੀਆਂ ਨੇ ਜਿਹੜੇ ਉਹਨਾਂ ਦੇ ਹੈੱਡ ਦੇ ਨੁਮਾਇੰਦੇ ਹੁੰਦੇ ਨੇ ਉਹਨਾਂ ਦੀ ਇੱਕਿਆ-ਦੋ ਗਲਤੀ ਮਾਫ਼ ਕੀਤੀ ਜਾ ਸਕਦੀ ਹੈ ਪਰ ਜੋ ਬਾਰ-ਬਾਰ ਗਲਤੀਆਂ ਕਰਨਗੇ ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਪੂਰੇ ਸੂਬੇ ਦੇ ਬੱਚੇ ਇਹੋ ਜਿਹੇ ਨੰਨੇ-ਨੰਨੀਆਂ ਜਾਨਾਂ ਤੇ ਜਿਹੜੇ ਬਜ਼ੁਰਗ ਨੇ ਜਿਹੜੇ ਨੌਜਵਾਨ ਨੇ ਜਿਹੜੇ ਕਿਸਾਨ ਨੇ ਤੇ ਜਿਹੜੇ ਇੰਡਸਟ੍ਰੀਅਲਿਸਟ ਨੇ ਸਭ ਦੀ ਜ਼ਿੰਦਗੀ ਉਹਨਾਂ ਹੁਕਮਰਾਨਾਂ ਦੇ ਹੱਥ 'ਚ ਹੁੰਦੀ ਹੈ। ਯਾ ਜਿਹੜੇ ਕਹਿੰਦੇ ਨੇ ਅਸੀਂ ਆ ਸੁਪਨੇ ਦਵਾਗੇ ਉਹ ਦਵਾਗੇ ਤੁਹਾਨੂੰ ਸਬਜ਼ਬਾਜ਼ ਦਿਖਾਉਣੇ ਆ। ਸਾਡੇ ਤੋਂ ਇੱਕ ਵੀ ਅਗਰ ਗਲਤੀ ਹੁੰਦੀ ਹੈ ਤਾਂ ਉਹ ਸੁਪਨਾ ਪੂਰੇ ਸੂਬੇ ਦਾ ਚੱਕਣਾ ਚੂਰ ਹੁੰਦਾ ਪੂਰੇ ਦੇਸ਼ ਦਾ ਚੱਕਣਾ ਚੂਰ ਹੁੰਦਾ। ਮੈਂ ਅੱਜ ਵੀ ਜੇ ਕਿਸੇ ਨੂੰ ਟੋਕਿਆ ਤਾਂ ਸ਼ਾਇਦ ਕਿਤੇ ਉਹਨਾਂ ਨੂੰ ਪਤਾ ਹੋਊਗਾ ਕਿ ਸਹੀ ਹੋਈ ਟੋਕਿਆ ਸੀ ਤੇ ਆਉਣ ਵਾਲੇ ਕੱਲ੍ਹ 'ਚ ਵੀ ਟੋਕੂਗਾ ਬਾਈ ਜੀ ਜੇ ਮੈਂ ਕਿਤੇ ਗਲਤ ਹੋਇਆ ਮੈਨੂੰ ਵੀ ਨਾ ਬਖਸ਼ਿਓ ਪਰ ਇਕੋਦਮ ਕੋਈ ਬਿਆਨਬਾਜ਼ੀ ਜ਼ਿਆਦਾ ਕਰਨ ਤੋਂ ਜਾਂ ਗਾਲਾਂ ਕੱਢਣ ਤੋਂ ਪਹਿਲਾਂ ਇਹ ਸੋਚ ਲਿਓ ਕਿ ਯਾਰ ਬੰਦੇ ਨੇ ਕਿਹਾ ਕਿਉਂ ਹੈ ਆਫਟਰਵਰਡਿੰ ਨੌਬਤ ਕਿਉਂ ਆਈ ਹੋਊਗੀ ਆਪਾਂ ਸਾਰੇ ਪੰਜਾਬੀਓ ਮੇਰੇ ਦੇਸ਼ਵਾਸੀਓ ਅਸੀਂ ਸਾਰੇ ਜਵਾਬਦੇ ਹਾਂ ਆਪਣੇ ਜ਼ਮੀਰ ਨੂੰ ਵੀ ਕਿਸੇ ਹੋਰ ਤੋਂ ਪਹਿਲਾਂ ਆਪਣੇ ਉਸ ਅਕਾਲ ਪੁਰਖ ਨੂੰ ਜਵਾਬਦੇ ਹਾਂ ਤਾਂ ਉਮੀਦ ਕਰਦਾ ਤੁਸੀਂ ਜੋ ਮੈਂ ਕੀਤਾ ਉਹਨੂੰ ਇੱਕ ਵਾਰੀ ਖੋਖੋਂਗੇ ਪੜਤਾਲੋਂਗੇ ਜ਼ਰੂਰ আর ਜਾਗਦੇ ਰਹੋਗੇ ਅੱਜ ਇੱਕ ਜੱਸੀ ਬੋਲਿਆ ਤੇ ਘਟੂ ਘਟ 1 ਲੱਖ ਲੋਕ ਜਾਗੇ ਹੋਣਗੇ ਤੇ 2 ਲੱਖ ਅੱਖਾਂ ਅੱਜ ਪਹਿਰਾ ਦੇਣਗੇ ਪੰਜਾਬ ਲਈ ਤੇ ਮੇਰੇ ਦੇਸ਼ ਲਈ ਜਾਗਦੇ ਰਹੋ ਜੇ ਮੈਂ ਕਿਤੇ ਗਲਤ ਹੋਵਾਂ ਤਾਂ ਬਖਸ਼ਿਓ ਨਾ ਪਰ ਜੇ ਕਿਤੇ ਕੋਈ ਹੋਰ ਗਲਤੀ ਕਰੇ ਤਾਂ ਉਹਨੂੰ ਵੀ ਟੋਕਿਓ ਜ਼ਰੂਰ ਨਹੀਂ ਤਾਂ ਉਹਨੂੰ ਗਲਤੀਆਂ ਦੀ ਆਦਤ ਪੈ ਜਾਏਗੀ ਇਨਕਲਾਬ ਜ਼ਿੰਦਾਬਾਦ